ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਾਧ ਸੰਗ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਇਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਆਜ ਦਾਸ ਇਸੇ ਹੀ ਗਰਵਾਣੀ ਦੀ ਪੰਕਤੀ ਦੇ ਪਰਥਾਏ ਕਿੰ ਮ ਕਥਾ ਦੇ ਦੌਰਾਨ ਕਈ ਵਾਰੀ ਰਾਸ ਲੀਲਾ ਉਹ ਕਥਾ ਬਣ ਜਾਂਦੀ ਹੈਗੀ ਆ ਇਸ ਦੇ ਪਰਥਾਏ ਕੁਝ ਕੁ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਕਈ ਸੰਤ ਮਹਾਂਪੁਰਖ ਕਥਾਵਾਚਕ ਐਸੀ ਡੂੰਗੀ ਕਥਾ ਕਰਦੇ ਆ ਨਾ ਕਈ ਵਾਰ ਉਹ ਕਥਾ ਕਰਦੇ ਕਰਦੇ ਕਥਾ ਦਾ ਹੀ ਰੂਪ ਹੋ ਜਾਂਦੇ ਆ ਲੇਕਿਨ ਇਹੋ ਜਿਹੇ ਜਿਹੜੇ ਮਹਾਤਮਾ ਹੈਗੇ ਆ ਉਸ ਸੰਸਾਰ ਦੇ ਵਿੱਚ ਬਹੁਤ ਬਿਰਲੇ ਹੁੰਦੇ ਆ ਜਿਹੜੇ ਕਥਾ ਕਰਦੇ ਕਰਦੇ ਕਥਾ ਦਾ ਰੂਪ ਹੋ ਜਾਂਦੇ ਆ ਜਦੋਂ ਉਹ ਕਥਾ ਦਾ ਰੂਪ ਹੋ ਜਾਂਦੇ ਆ ਤੇ ਉਸ ਟਾਈਮ ਕਈ ਵਾਰੀ ਵਾਹਿਗੁਰੂ ਪਰਮਾਤਮਾ ਉਹਨਾਂ ਦੇ ਨਾਲ ਉਹ ਕਥਾ ਦੀ ਜਿਹੜੀ ਲੀਲਾ ਹੈਗੀ ਆ ਉਹ ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਮਨ ਮਸਤਕ ਦੇ ਵਿੱਚ ਪ੍ਰਗਟ ਕਰ ਦਿੰਦਾ ਹੈਗਾ ਇਸ ਕਰਕੇ ਉਹ ਕਥਾ ਦੇ ਨਾਲ ਇਸ ਲੀਲਾ ਦਾ ਬਿਨੰਦ ਉਠਾਉਂਦੇ ਆ ਔਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕੋਈ ਕਥਾ ਕਰਦੇ ਆ ਜਾਂ ਉਹ ਵਾਹਿਗੁਰੂ ਦੀ ਲੀਲਾ ਦੇਖਦੇ ਆ ਜਿਵੇਂ ਇੱਕ ਮਹਾਤਮਾ ਸੀ ਇਹ ਮਹਾਤਮਾ ਜਿਹੜੇ ਹਨ ਇਹ ਭਗਵਾਨ ਰਾਮਚੰਦਰ ਜੀ ਦੀ ਕਥਾ ਕਰ ਰਹੇ ਸੀ ਜਦ ਕਥਾ ਕਰ ਰਹੇ ਸੀ ਤਾਂ ਸਾਰੀ ਸੰਗਤ ਜਿਹੜੀ ਸੀ ਕਥਾ ਮੁਕਤ ਹੋ ਕੇ ਸੁਣ ਰਹੀ ਸੀ ਇਹ ਬਿਲਕੁਲ ਮੰਤਰ ਮੁਕਤ ਹੋ ਕੇ ਕਥਾ ਦੇ ਵਿੱਚ ਡੁੱਬ ਰਹੀ ਸੀ ਵੱਡੇ ਵੱਡੇ ਕਥਾ ਦੇ ਭਾਵਾਂ ਨੂੰ ਬੜੇ ਸਹਿਜ ਤਰੀਕੇ ਦੇ ਨਾਲ ਸੰਗਤ ਵਿੱਚ ਪ੍ਰਗਟ ਕਰ ਰਹੇ ਸੀ ਤੇ ਬੜਾ ਕਰਨਾਮਈ ਰਸ ਸੰਗਤ ਦੇ ਵਿੱਚ ਆਇਆ ਹੋਇਆ ਸੀ ਅਚਨ ਚੇਤ ਇਹ ਮੁਹਾਤਮਾ ਜਦ ਕਥਾ ਕਰਦੇ ਕਰਦੇ ਇਹਨਾਂ ਦੇ ਮੂੰਹੋਂ ਜਕਦਮ ਇਹ ਨਿਕਲਿਆ ਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਜਦ ਇਹ ਨਹੀਂ ਗੱਲ ਹੋਈ ਸਾਰੀ ਸੰਗਤ ਦਾ ਧਿਆਨ ਇਹਨਾਂ ਵੱਲ ਖਿੱਚਿਆ ਗਿਆ ਤੇ ਉਸ ਟਾਈਮ ਰਾਮਚੰਦਰ ਦੀ ਕਥਾ ਦੀ ਜਗ੍ਹਾ ਇਹਨਾਂ ਨੇ ਜਿਹੜੀ ਸੀ ਉਹ ਭਗਵਾਨ ਕ੍ਰਿਸ਼ਨ ਜੀ ਦੀ ਜਿਹੜੀ ਰਾਸਲੀਲਾ ਗੋਪੀਆਂ ਨਾਲ ਚੱਲ ਰਹੀ ਸੀ ਉਹਦੀ ਕਥਾ ਵਰਣਨ ਕਰਨੀ ਸ਼ੁਰੂ ਕਰ ਦਿੱਤੀ ਜਦ ਕਥਾ ਬੰਨਣ ਕਰਨੀ ਸ਼ੁਰੂ ਕਰਤੀ ਸਾਰੀ ਸੰਗਤ ਹੈ ਚਰਜ ਰਹਿ ਗਈ ਵੀ ਕਥਾ ਤਾਂ ਭਗਵਾਨ ਰਾਮ ਦੀ ਚੱਲਦੀ ਸੀ ਪਰ ਰਾਸਲੀਲਾ ਕਾਂ ਤੇ ਗੋਪੀਆਂ ਦੀ ਇਹ ਕਥਾ ਵਜ ਕੇ ਸ਼ੁਰੂ ਕਰ ਦਿੱਤੀ ਪਰ ਉਹ ਇਹ ਨਹੀਂ ਉਹ ਇਹ ਨਹੀਂ ਸੀ ਜਾਣਦੇ ਵੀ ਹੋ ਕਿਵੇਂ ਗਿਆ ਹੈਗਾ ਪਰ ਸੰਗਤ ਜਿਹੜੀ ਸੀਗੀ ਇਸੇ ਨਾਦ ਦੇ ਵਿੱਚ ਬੈਠੀ ਇਹ ਰਾਸਲੀਲਾ ਦੀ ਕਥਾ ਸਰਵਣ ਕਰਨ ਲੱਗ ਪਈ ਸਭ ਨੇ ਉਹ ਮਹਿਸੂਸ ਹੋਇਆ ਵੀ ਜਿਵੇਂ ਕਥਾ ਬਾਤਿਕ ਉਹਨਾਂ ਦੇ ਸਾਹਮਣੇ ਇਹ ਰਾਸਲੀਲਾ ਜਿਹੜੀ ਹੈ ਉਹ ਚੱਲ ਰਹੀ ਹੋਵੇ ਇਸ ਤਰ੍ਹਾਂ ਕਥਾ ਕਰਦੇ ਕਰਦੇ ਜਦ ਕ੍ਰਿਸ਼ਨ ਦੀ ਤੇ ਗੋਪੀਆਂ ਦੀ ਰਾਸਲੀਲਾ ਉਹ ਵਰਣਨ ਕਰਦੇ ਕਰਦੇ ਅਖੀਰ ਦੁਬਾਰਾ ਫਿਰ ਰੁਕੇ ਤਾਂ ਫਿਰ ਮੁੜ ਕੇ ਉਹਨਾਂ ਨੇ ਫਿਰ ਦੁਬਾਰਾ ਰਾਮਚੰਦਰ ਜੀ ਦੀ ਕਥਾ ਸ਼ੁਰੂ ਕੀਤੀ ਜਦ ਕਥਾ ਸ਼ੁਰੂ ਕੀਤੀ ਤੇ ਸਾਰੇ ਜਿਹੜੇ ਸੀਗੇ ਉਹ ਦੁਬਾਰਾ ਫਿਰ ਰਾਮਚੰਦਰ ਦੀ ਕਥਾ ਕਿਉਂਕਿ ਪਹਿਲਾਂ ਚੱਲ ਰਹੀ ਸੀ ਉਹ ਕਥਾ ਦੁਬਾਰਾ ਫਿਰ ਜੁੜ ਗਈ ਸਭ ਹੈਰਾਨ ਹੋ ਗਏ ਪਰ ਸਭ ਦੇ ਮਨ 'ਚ ਇਹ ਪ੍ਰਸ਼ਨ ਸੀਗਾ ਵੀ ਕਥਾ ਤਾਂ ਭਗਵਾਨ ਰਾਮ ਜੀ ਦੀ ਚੱਲ ਰਹੀ ਸੀ ਪਰ ਕ੍ਰਿਸ਼ਨ ਤੇ ਗੋਪੀਆਂ ਦੀ ਰਾਸਲੀਲਾ ਦੀ ਕਥਾ ਵਿੱਚ ਕਿਉਂ ਜੋੜ ਦਿੱਤੀ ਗਈ ਪਰ ਉਸ ਤੋਂ ਬਾਅਦ ਜਦ ਕਥਾ ਦਾ ਉਪੋਗ ਪਿਆ ਤੇ ਉਹ ਸੰਗਤ ਦੇ ਵਿੱਚੋਂ ਕੁਝ ਪ੍ਰੇਮੀ ਉਸ ਮਹਾਤਮਾ ਦੇ ਪਾਸ ਗਏ ਤੇ ਉਹਨਾਂ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਅੱਜ ਰਾਮ ਜੀ ਦੀ ਜਿਹੜੀ ਕਥਾ ਸੀਗੀ ਉਹ ਆਪ ਸੰਗਤਾਂ ਨੂੰ ਸੁਣਾ ਰਹੇ ਸੀ ਬਹੁਤ ਆਨੰਦ ਆ ਰਿਹਾ ਸੀਗਾ ਤੇ ਤੁਸੀਂ ਕਥਾ ਕਰਦੇ ਕਰਦੇ ਵਿੱਚ ਕ੍ਰਿਸ਼ਨ ਜੀ ਦੀ ਰਾਸਲੀਲਾ ਜਿਹੜੀ ਹੈ ਉਹ ਸਰ ਸਰਵਣ ਕਰਉਣ ਲੱਗ ਪਏ ਐਸਾ ਕਿਉਂ ਹੋਇਆ ਜਦ ਇੰਨੀ ਗੱਲ ਹੋਈ ਤਾਂ ਮਹਾਤਮਾ ਅਖਣ ਲੱਗੇ ਕਿ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਪਰ ਇੰਨਾ ਜ਼ਰੂਰ ਮੈਨੂੰ ਪਤਾ ਹੈਗਾ ਕਿ ਜਦੋਂ ਮੈਂ ਰਾਮਚੰਦਰ ਜੀ ਦੀ ਕਥਾ ਕਰ ਰਿਹਾ ਸੀ ਅਚਨਜਤ ਮੇਰੇ ਸਾਹਮਣੇ ਹਨਾ ਕ੍ਰਿਸ਼ਨ ਜੀ ਦੀ ਗੋਪੀਆਂ ਦੇ ਨਾਲ ਰਾਸ ਲੀਲਾ ਜਿਹੜੀ ਸੀ ਉਹ ਸਾਹਮਣੇ ਜਿਹੜੀ ਸੀ ਉਹ ਮੇ ਦ੍ਰਿਸ਼ ਪ੍ਰਗਟ ਹੋ ਗਿਆ ਜਦ ਦ੍ਰਿਸ਼ ਪ੍ਰਗਟ ਹੋ ਗਿਆ ਤੇ ਰਾਮਚੰਦਰ ਜੀ ਉਹਨੂੰ ਧਿਆਨ ਟੁੱਟ ਕੇ ਕ੍ਰਿਸ਼ਨ ਜੀ ਦੀ ਜਿੱਦਵਾਲ ਜੁੜ ਗਿਆ ਤੇ ਮੇਰੀਆਂ ਅੱਖੀਆਂ ਜਿਹੜੀਆਂ ਸੀਗੀਆਂ ਅੰਤਰਾਤਮੇ ਉਹ ਰਾਸ ਲੀਲਾ ਨੂੰ ਤੱਕਣ ਲੱਗ ਪਈਆਂ ਤੇ ਉਸੇ ਰਾਸ ਲੀਲਾ ਦਾ ਵਰਣਨ ਮੈਂ ਆਪ ਨੂੰ ਸੁਣਾਉਣ ਲੱਗ ਪਿਆ ਜਦ ਇੰਨੀ ਗੱਲ ਹੋਈ ਆ ਤੇ ਸੰਗ ਜਿਹੜੀ ਬੜੀ ਅਚਾਰਜ ਹੋਏ ਫਿਰ ਉਹ ਕਥਾ ਪਾਚ ਕਹਿਣ ਲੱਗੇ ਕਿ ਇਹ ਰਾਸਲੀਲਾ ਜਿਹੜੀ ਸੀ ਇਹਦਾ ਵਰਨਨ ਅੱਖਰਾਂ ਦੇ ਨਾਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੋ ਆਨੰਦ ਉਸ ਰਾਸਲੀਲਾ ਦੇ ਤੱਕਣ ਦੇ ਵਿੱਚ ਆਇਆ ਸ਼ਾਇਦ ਇਹੋ ਜਿਹਾ ਆਨੰਦ ਜਿਹੜਾ ਹੈਗਾ ਮੈਂ ਜ਼ਿੰਦਗੀ ਵਿੱਚ ਕਦੀ ਨਹੀਂ ਦੇਖਿਆ ਪਰ ਇਹ ਭਗਵਾਨ ਦੀ ਮਰਜ਼ੀ ਆ ਕਿ ਰਾਮ ਜੀ ਨੇ ਕ੍ਰਿਸ਼ਨ ਜੀ ਦਾ ਰੂਪ ਧਾਰਨ ਕਰ ਲਿਆ ਜਾਂ ਕ੍ਰਿਸ਼ਨ ਜੀ ਨੇ ਪਹਿਲਾਂ ਰਾਮ ਦਾ ਰੂਪ ਧਾਰਨ ਕੀਤਾ ਕਿਉਂ ਦੋਨੇ ਹਾਲਤਾਂ ਦੇ ਵਿੱਚ ਇਹ ਜੋਤ ਜਿਹੜੀ ਇੱਕੋ ਹੀ ਹੈਗੀ ਆ ਉਹ ਪਰਮਾਤਮਾ ਜਿਹੜਾ ਹੈਗਾ ਉਹ ਕਦੀ ਕ੍ਰਿਸ਼ਨ ਬਣ ਜਾਂਦਾ ਕਦੀ ਰਾਮ ਬਣ ਜਾਂਦਾ ਉਹ ਆਪਣੀ ਮੋਜ ਆ ਉਹਦੇ ਆਪਣੇ ਇਹ ਚੋਜ ਹੈਗੇ ਆ ਇਸ ਕਰਕੇ ਇਸ ਲੀਲਾ ਨੂੰ ਮੈਂ ਆਪਦੀ ਦੇ ਸਾਹਮਣੇ ਵਰਣ ਕਰ ਰਿਹਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਲੀਲਾ ਆਪ ਨੂੰ ਸੁਣਾ ਰਿਹਾ ਹੈਗਾ ਜਾਂ ਇਹ ਲੀਲਾ ਆਪ ਖੁਦ ਦੇਖ ਰਿਹਾ ਹੈਗਾ ਜਦੋਂ ਨਾ ਮਖਤਮ ਨੇ ਇਹ ਪੇਖ ਖੋਲੇ ਸੀ ਤੇ ਸੰਗਤ ਜਿਹੜੀ ਸੀਗੀ ਉਹ ਅਚਾਚਰ ਉੱਠੀ ਸੀ ਸੋ ਕਹਿਣ ਤੋਂ ਪਾਵੇ ਆ ਕਿ ਕਈ ਵਾਰੀ ਸਰੋਤੇ ਕੀ ਜਿਹੜੇ ਕਥਾ ਬਾਚ ਕੇ ਕਥਾ ਕਰਨ ਵਾਲੇ ਉਹ ਜਿਹੜੇ ਆ ਕਈ ਵਾਰੀ ਉਹ ਕਥਾ ਜਿਹੜੀ ਆ ਰਾਸਲੀਲਾ ਦੇ ਰੂਪ ਦੇ ਵਿੱਚ ਆ ਪ੍ਰਗਟ ਹੁੰਦੀ ਆ ਤੇ ਉਸ ਕਥਾ ਦੇ ਵਿੱਚ ਡੁੱਬ ਜਾਂਦੇ ਆ ਸੋ ਇਹੋ ਜਿਹੜੇ ਮਹਾਤਮਾ ਹੁੰਦੇ ਆ ਨਾ ਕਥਾਵਾਚਕ ਇਹ ਜਦ ਉਸ ਵਿਆਸਪੀਠ ਤੇ ਬੈਠ ਕੇ ਕਥਾ ਕਰਦੇ ਆ ਤੇ ਉਹ ਚੁਕੋਟੀ ਦੇ ਮਹਾਤਮਾ ਆਖ ਦਿੰਦੇ ਆ ਕਿ ਇਹੋ ਜੇ ਸਾਧੂ ਜਦ ਕਥਾ ਕਰਦੇ ਆ ਇਹਨਾਂ ਨੂੰ ਆਮ ਇਨਸਾਨ ਦੀ ਦ੍ਰਿਸ਼ਟੀ ਦੇ ਨਾਲ ਤੱਕਣਾ ਨਹੀਂ ਚਾਹੀਦਾ ਕਿਉਂਕਿ ਇਹ ਖੁਦ ਨਰੈਣ ਹੁੰਦੇ ਆ ਉਹ ਉਸ ਭਗਵਾਨ ਦਾ ਰੂਪ ਹੋ ਜਾਂਦੇ ਆ ਇਹ ਉਹਨਾਂ ਦੀ ਆਪਣੀ ਜਿਹੜੀ ਕਥਾ ਕਰਨ ਦੀ ਜੋ ਯੁਕਤੀ ਹੈਗੀ ਉਹਨਾਂ ਦੇ ਅੰਦਰੋਂ ਇੱਕ ਕਥਾ ਜਿਹੜੀ ਪ੍ਰਗਟ ਹੋ ਜਾਂਦੀ ਕਿਉਂਕਿ ਉਹ ਕਥਾ ਜਾਂਦ ਕਰਦੇ ਹਨ ਉਹ ਉਸ ਟਾਈਮ ਉਹ ਕਥਾ ਜਿਹੜੀ ਆ ਆਪਣੇ ਦਿਮਾਗ ਦੀ ਸੋਚ ਤੋਂ ਨਹੀਂ ਲੈਂਦੇ ਇਹ ਕਥਾ ਉਹਨਾਂ ਦੇ ਹਿਰਦੇ ਵਿੱਚੋਂ ਪੈਦਾ ਹੁੰਦੀ ਆ ਤੇ ਜਿਹੜੀ ਚੀਜ਼ ਹਿਰਦੇ ਵਿੱਚੋਂ ਪੈਦਾ ਹੁੰਦੀ ਆ ਉਹ ਉਹਦਾ ਕਥਨ ਕਰਦੇ ਆ ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਸੁਣ ਸੰਤਨ ਕੀ ਸਾਚੀ ਸਾਖੀ ਜੋ ਸੋ ਬੋਲੇ ਜੋ ਪੇਖੇ ਆਕੇ ਉਹੀ ਬੋਲਦੇ ਜਿਹੜੀ ਚੀਜ਼ ਉਹ ਉਸ ਟਾਈਮ ਫੇ ਅੱਖਾਂ ਦੇ ਨਾਲ ਦੇਖਦੇ ਆ ਇਸੇ ਤਰ੍ਹਾਂ ਹਨ ਇੱਕ ਮਹਾਤਮਾ ਦੱਸਦੇ ਸੀ ਉਹ ਕਹਿਣ ਲੱਗੇ ਕਿ ਇੱਕ ਵਾਰ ਹਨਾ ਮੈਂ ਇੰਦਰ ਦੇ ਯੁੱਧ ਦੀ ਕਥਾ ਕਰ ਰਿਹਾ ਸੀ ਜਦ ਇੰਦਰ ਦੇ ਯੁੱਧ ਦੀ ਕਥਾ ਹੋ ਰਹੀ ਸੀ ਉਸ ਟਾਈਮ ਤੇ ਜਿਸ ਧਰਮੀ ਰਾਜ ਨੇ ਕਹਿੰਦੇ ਕਥਾ ਹੋ ਰਹੀ ਸੀ ਉਹਦਾ ਵਰਣਨ ਚੱਲ ਰਿਹਾ ਸੀਗਾ ਤੇ ਕਥਾ ਵਿੱਚ ਰਸ ਵੜਾ ਰਿਹਾ ਸੀਗਾ ਕਥਾ ਕਰਦੇ ਕਰਦੇ ਉਹ ਮਹਾਤਮਾ ਕਹਿਣ ਲੱਗੇ ਅਚਨ ਚੇਤ ਉਸ ਕਥਾ ਦੇ ਵਿੱਚ ਇਹ ਜਿਆਦ ਵਰਣਨ ਜਿਹੜਾ ਸੰਗਤਾਂ ਨੂੰ ਸੁਣਾਇਆ ਹੈਗਾ ਕਿ ਜਦ ਇੰਜੰਡ ਇੰਦਰ ਦੇਵਤਾ ਜਿਹੜਾ ਸੀਗਾ ਆਪਣਾ ਗੁਰਜ ਲੈ ਕੇ ਜਦ ਮਦਾਨੇ ਜੰਗ ਜਾਇਆ ਤਾਂ ਉਸ ਟਾਈਮ ਜਿਹੜੇ ਮੇਗ ਸੀਗੇ ਮੇਗਾਂ ਦੀ ਬੜੀ ਭਰੀ ਗਰਜਣਾ ਹੋਈ ਤੇ ਜਦ ਗਰਜਣਾ ਹੋਈ ਤੇ ਦੋਨੇ ਪਾਸੇ ਫੌਜਾਂ ਦੇ ਵਿੱਚ ਆਹਮੋ ਸਾਹਮਣੇ ਜਦ ਸੂਰਮੇ ਖੜੇ ਹੋ ਗਏ ਤੇ ਅਸਤਰ ਛਾਸਤਰ ਚੱਲਣ ਲੱਗੇ ਉਹ ਮਹਾਤਮਾ ਕਹਿਣ ਲੱਗੇ ਕਿ ਜਿਹਦੇ ਮੂਹੋਂ ਨਿਕਲਾ ਕਿ ਉਸ ਟਾਈਮ ਮੇਗ ਬੜੀ ਜ਼ੋਰ ਦੇ ਨਾਲ ਗਰਜੇ ਆ ਤੇ ਅਸਮਾਨ ਦੇ ਵਿੱਚੋਂ ਬਿਜਲੀ ਚਮਕਦੀ ਚਮਕਣੀ ਸ਼ੁਰੂ ਹੋ ਗਈ ਹਜੇ ਕਹਿੰਦੇ ਇਹ ਕਥਾ ਦਾ ਜਿਹੜਾ ਭਾਵ ਸਗਾ ਜਾਂ ਜੋ ਸ਼ਬਦ ਸਗਾ ਮੇਰੀਆਂ ਰਸਨਾ ਦੇ ਉੱਪਰ ਹੀ ਸਗਾ ਜਾਕੀ ਦੰਬ ਕਹਿੰਦੇ ਵੀ ਸਮਝ ਨਹੀਂ ਆਈ ਆਕਾਸ਼ ਵਿੱਚੋਂ ਬੱਦਲ ਕਿਤ ਕਿਵੇਂ ਆ ਗਏ ਉਸੇ ਟਾਈਮ ਹੀ ਕਹਿੰਦੇ ਆਕਾਸ਼ ਵਿੱਚ ਬੱਦਲ ਗਰਜਣ ਲੱਗ ਪਏ ਜਦ ਕਹਿੰਦੇ ਆਕਾਸ਼ ਚ ਬੱਦਲ ਗਰਜਣ ਲੱਗ ਪਏ ਬੱਦਲਾਂ ਦੀ ਗਰਗਾਰ ਦੇ ਨਾਲੇ ਕਹਿੰਦੇ ਆਕਾਸ਼ ਚ ਬਿਜਲੀ ਵੀ ਚਮਕਣ ਲੱਗ ਪਈ ਸਭ ਸੰਗਤਾਂ ਸਰੋਤੇ ਕਹਿੰਦੇ 당ਗ ਰਹਿ ਗਏ ਹੈਰਾਨ ਹੋ ਗਏ ਉਸ ਤੋਂ ਬਾਅਦ ਸੰਤਮਾਪੁਰਖ ਆਖਦੇ ਆ ਕਿ ਨਾਲ ਹੀ ਜਿਹੜੀ ਸੀ ਉਹ ਵਰਖਾ ਵੀ ਸ਼ੁਰੂ ਹੋ ਗਈ ਪਰ ਕਹਿੰਦੇ ਅਸੀਂ ਇਸ ਵਰਸ਼ਾ ਦੇ ਵਿੱਚ ਵੀ ਮਿੱਠੇ ਸੰਗਤਾਂ ਦੇ ਨੂੰ ਕਹਿੰਦੇ ਇੱਕ ਕਥਾ ਜਿਹੜੀ ਸੀਗੀ ਇਹ ਸਰਬਨ ਕਰਾਉਂਦੇ ਰਹੇ ਹੋਰ ਕਹਿੰਦੇ ਸੰਗਤਾਂ ਵੀ ਇਸ ਵਰਸ਼ ਦੇ ਵਿੱਚ ਮੰਤਰ ਮੁਕਤ ਹੋ ਗਏ ਕਹਿੰਦੇ ਕਥਾ ਸਰਬਨ ਕਰਦੀਆਂ ਰਹੀਆਂ ਐਸਾ ਕਹਿੰਦੇ ਰਸ ਕਰਨਾ ਮਈ ਸ਼ਾਇਆ ਕਿ ਇਹ ਕਥਾ ਦੇ ਵਿੱਚ ਜਿਹੜੇ ਵੀ ਜਿੰਨੇ ਵੀ ਕਹਿੰਦੇ ਪ੍ਰੇਮੀ ਇਹ ਕਥਾ ਸੁਣੀ ਹਨ ਸਾਰੇ ਕਹਿੰਦੇ ਇੱਕ ਕਥਾ ਸੁਣ ਸੁਣ ਕੇ ਨਿਹਾਲ ਹੋਈ ਜਾਣ ਉਧਰ ਕਹਿੰਦੇ ਉੱਪਰ ਸਮਾਨ ਦੇ ਵਿੱਚ ਕਹਿੰਦੇ ਬੱਦਲ ਵੀ ਗਰਜਣ ਮੇਗ ਵੀ ਉਸੇ ਤਰ੍ਹਾਂ ਗਰਜਣ ਵਾਰ-ਵਾਰ ਤੇ ਵਰਖਾ ਵੀ ਬੜੀ ਕਹਿੰਦੇ ਹੋਵੇ ਤੇ ਪਰ ਕਹਿੰਦੇ ਵੀ ਸਾਰੀਆਂ ਸੰਗਤਾਂ ਜਿਹੜੀਆਂ ਸੀਗੀਆਂ ਉਹ ਮੀਂਹ ਦੇ ਵਿੱਚ ਬੈਠੀਆਂ ਕਹਿੰਦੇ ਉਸੇ ਤਰ੍ਹਾਂ ਕਥਾ ਸਰਵਣ ਕਰ ਰਹੀਆਂ ਸੀਗੀਆਂ ਉਹ ਸਭ ਦੇ ਮਨ ਦੇ ਬੱਚੇ ਸਗਾ ਇਹ ਜਿਹੜੀ ਕਥਾ ਅੱਜ ਮਹਾਤਮਾ ਸੁਣਾ ਰਹੇ ਆ ਇੱਕ ਕਥਾ ਜਿਹੜੀ ਅੱਜ ਲੀਲਾ ਬਣ ਗਈ ਆ ਸਾਹਮਣੇ ਦ੍ਰਿਸ਼ ਪ੍ਰਗਟ ਹੋ ਗਿਆ ਤੇ ਉਹ ਹੀ ਬੱਦਲ ਉਹ ਹੀ ਮੇਗ ਉਹ ਹੀ ਸਾਰਾ ਜੋ ਕੁਦਰਤੀ ਉਸ ਟਾਈਮ ਇੰਦਰ ਦੇ ਯੁੱਧ ਦੇ ਸਮੇਂ ਅਸਮਾਨ ਦੇ ਵਿੱਚ ਜੋ ਬੱਦਲਾਂ ਦੀ ਗਰਗਾੜ ਸੁਣਾਈ ਦੇ ਰਹੀ ਸੀ ਜਾਂ ਉਹ ਦ੍ਰਿਸ਼ ਜਿਹੜੇ ਆ ਕਹਿੰਦੇ ਸਾਹਮਣੇ ਜਿਹੜੇ ਸੀ ਉਹ ਸੁਣਾਈ ਦੇਣ ਲੱਗ ਪਏ ਪ੍ਰਗਟ ਹੋ ਗਏ ਜਿਹੜੇ ਇੰਦਰ ਦੇ ਯੁੱਧ ਦੇ ਸਮੇਂ ਕਹਿੰਦੇ ਇਸ ਕਥਾ ਦੇ ਵਿੱਚ ਕਹਿੰਦੇ ਸੰਕਤਾ ਸਰਮਣ ਕਰ ਰਹੀਆਂ ਸੀ ਸੋ ਕਹਿਣ ਤੋਂ ਬਾਅਦ ਇਹ ਆ ਕਿ ਮਹਾਤਮਾ ਕਹਿਣ ਲੱਗੇ ਕਿ ਯਾਦ ਇਹ ਕਥਾ ਜਿਹੜੀ ਸੀ ਸਮਾਪਤ ਹੋਈ ਕਥਾ ਦੀ ਸਮਾਪਤੀ ਤੋਂ ਬਾਅਦ ਕਹਿੰਦੇ ਦੇਖੋ ਉਹ ਮੇਗਾਂ ਦੀ ਜਿਹੜੀ ਗਰਜਣਾ ਸੀ ਉਹ ਵੀ ਬੰਦ ਹੋ ਗਈ بارش ਵੀ ਬੰਦ ਹੋ ਗਈ ਬਿਜਲੀ ਵੀ ਚਮਕਣ ਲੱਗ ਪਈ ਫਿਰ ਕਹਿੰਦੇ ਅਸਮਾਨ ਸਾਫ਼ ਹੋ ਗਿਆ ਤੇ ਸੂਰਜ ਕਹਿੰਦੇ ਫਿਰ ਨਿਕਲ ਆਇਆ ਜਦ ਫਿਰ ਨਿਕਲ ਆਇਆ ਤੇ ਕਹਿੰਦੇ ਸਾਡੇ ਪਾਸ ਇੱਕ ਸਾਹਮਣੇ ਬਹੁਤ ਉੱਚ ਕੋਟੀ ਦੇ ਨਾਮ ਰੱਸੀਏ ਸਿੱਧ ਪੁਰਸ਼ ਮਹਾਤਮਾ ਬੈਠੇ ਕਥਾ ਸਰਵਣ ਕਰ ਰਹੇ ਸੀ ਕਹਿੰਦੇ ਇਸ ਸਮਾਪਤੀ ਬਾਅਦ ਕਹਿੰਦੇ ਵੀ ਉਹਨਾਂ ਮੁਹਾਤਮਾ ਨੇ ਸਾਨੂੰ ਘਟ ਕੇ ਆਪਣੀ ਸਾਥੀ ਨਾਲ ਲਾਇਆ ਸਾਥੀ ਨਾਲ ਲਾ ਕੇ ਕਹਿਣ ਲੱਗੇ ਕਹਿਣ ਲੱਗੇ ਪੰਡਤ ਜੀ ਅੱਜ ਇਹ ਕਥਾ ਜਿਹੜੀ ਤੁਸੀਂ ਸੰਗਤਾਂ ਨੂੰ ਸੁਣਾਈ ਆ ਅੱਜ ਇਹ ਕਥਾ ਪ੍ਰਤੱਖ ਤੌਰ ਤੇ ਲੀਲਾ ਦੇ ਰੂਪ ਦੇ ਵਿੱਚ ਬਦਲ ਗਈ ਆ ਕਿ ਜਿਵੇਂ ਤੁਸੀਂ ਕਥਾ ਦੇ ਵਿੱਚ ਜੋ ਵਰਨਨ ਕੀਤਾ ਉਸ ਸਮੇਂ ਦਾ ਉਹ ਕੀਤਾ ਹੋਇਆ ਵਰਨਨ ਪ੍ਰਤੱਖ ਅੱਜ ਸੰਗਤਾਂ ਨੇ ਆਪਣੀ ਅੱਖੀਂ ਦੇਖਿਆ ਤੇ ਉਹਨੂੰ ਮਾਣਿਆ ਵੀ ਪਰ ਕਥਾ ਦੇ ਰਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਰਿਵਰਤਨ ਨਹੀਂ ਆਇਆ ਜੋ ਜੋ ਕਥਾ ਜਿਹੜੀ ਸੀ ਮੇਕ ਗਰਜਦੇ ਸੀ ਜੋ ਜੋ ਤੁਸੀਂ ਸੁਣਾ ਰਹੇ ਸੀ ਇੱਕ ਕਥਾ ਤਾਂ ਜਿਹੜਾ ਕਰਨਾ ਮੇ ਰਸ ਸਿਗਾ ਵੱਧ ਰਿਹਾ ਸੀ ਤੇ ਆਨੰਦ ਹਰੇਕ ਦੇ ਅੰਦਰੋਂ ਠਾਠਮ ਵਾਰਿਆ ਸੀ ਜਦੋਂ ਕਹਿੰਦੇ ਮਹਤਮਾ ਨੇ ਸਾਨੂੰ ਇਸ ਤਰ੍ਹਾਂ ਕਹਿੰਦੇ ਵੀ ਇਹ ਸਾਰੀ ਗੱਲਬਾਤ ਬੜੇ ਪਿਆਰ ਤੇ ਗਲਬਕੜੀ ਵਿੱਚ ਕਹਿੰਦੇ ਆ ਕੇ ਦੱਸੀ ਤੇ ਮਹਾਰਮਾ ਕਹਿਣ ਲੱਗੇ ਕਿ ਅਸੀਂ ਇੱਕੋ ਹੀ ਨਵੇਦਨ ਮਹਾਪੁਰਖਾਂ ਦੇਗੇ ਕੀਤਾ ਕਿ ਮਹਾਪੁਰਖੋ ਇਹ ਜੋ ਕਥਾ ਮੈਂ ਕੀਤੀ ਆ ਇਹ ਕਥਾ ਦੇ ਵਿੱਚ ਮੇਰਾ ਆਪਣਾ ਕੋਈ ਯੋਗਦਾਨ ਨਹੀਂ ਹੈ ਇਹ ਕਥਾ ਜਿਹੜੀ ਹੈ ਇਹ ਉਸ ਪਰਿਪੁਰ ਪਰਮਾਤਮਾ ਦੀ ਕਥਾ ਹੈਗੀ ਆ ਤੇ ਉਹ ਸ਼ਕਤੀ ਜਿਹੜੀ ਉਹ ਆਪ ਹੀ ਕਈ ਵਾਰੀ ਇਹ ਕਥਨ ਨੂੰ ਇਸ ਲੀਲਾ ਦੇ ਰੂਪ ਦੇ ਬਦਲ ਦਿੰਦੀ ਆ ਤੇ ਇਹ ਲੀਲਾ ਕਈ ਵਾਰੀ ਪ੍ਰਤੱਖ ਹੋ ਕੇ ਸੰਗਤਾਂ ਦੇ ਸਾਹਮਣੇ ਜਿਹੜੀ ਆ ਪ੍ਰਤੱਖ ਹੋ ਜਾਂਦੀ ਪ੍ਰਗਟ ਹੋ ਜਾਂਦੀ ਜਿਸ ਕਰਕੇ ਸੰਗਤਾਂ ਵੀ ਇਸ ਕਥਾ ਦਾ ਫਿਰ ਉਸ ਤਰ੍ਹਾਂ ਆਨੰਦ ਮਾਣਦੀਆਂ ਹੈਗੀਆਂ ਕਿ ਜਿਵੇਂ ਇਹ ਸਾਰਾ ਕੁਝ ਉਹਨਾਂ ਦੇ ਅੱਖਾਂ ਦੇ ਅੱਗੇ ਜਿਹੜਾ ਪ੍ਰਤੱਖ ਤੌਰ ਤੇ ਵਾਪਰਿਆ ਹੋਵੇ ਸੋ ਕਹਿਣ ਤੋਂ ਭਾਵ ਇਹ ਆ ਕਿ ਵਾਹਿਗੁਰੂ ਬੜਾ ਬਿਆੰਤ ਹੈ ਤੇ ਉਹਦੇ ਕਥਾ ਕਰਨ ਵਾਲੇ ਵੀ ਪਰੇ ਤੋਂ ਪਰੇ ਆ ਕਰ ਕਈ ਉੱਚ ਕੋਟੀ ਦੇ ਮਹਾਤਮਾ ਜਦ ਵਿਆਸ ਪੀਠ ਤੇ ਬੈਠ ਕੇ ਉਸ ਪਰਮੇਸ਼ਰ ਦੀ ਕਥਾ ਕਰਦੇ ਆ ਤੇ ਉਸ ਕਥਾ ਦੇ ਦਰਨ ਕਿਤੇ ਉਹ ਕਈ ਵਾਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਜਾਂ ਨਦਰ ਦੇ ਕੰਨ ਕਥਾ ਦਾ ਹੀ ਰੂਪ ਹੋ ਜਾਂਦੇ ਆ ਤੇ ਉਸ ਆਨੰਦ ਦੇ ਵਿੱਚ ਪਹੁੰਚ ਜਾਂਦੇ ਜਿਸ ਆਨੰਦ ਦੇ ਵਿੱਚ ਇਹ ਕਥਾ ਜਿਹੜੀ ਆ ਨਿਕਲੀ ਆ ਤੇ ਉਸੇ ਕਥਾ ਨੂੰ ਸੁਣਾ ਕੇ ਸੰਗਤਾਂ ਨੂੰ ਫਿਰ ਮੰਤਰ ਮੁਕਤ ਕਰ ਦਿੰਦੇ ਆ ਇਹ ਕਥਾ ਦੇ ਪਿਛੇ ਬਹੁਤ ਵੱਡਾ ਉਸ ਵਾਹਿਗੁਰੂ ਦਾ ਕਰਨਾ ਮਈ ਰਸ ਜੰ ਕਿਰਪਾ ਰੂਪੀ ਨਦਰ ਜਿਹੜੀ ਹੈ ਉਹ ਛੁਪੀ ਹੁੰਦੀ ਆ ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਜਕਵਾਜੀ ਹੋਈਆ ਬਿਆੰਤ ਭੁੱਲਾਂ ਚੁੱਕਨ ਦੀ ਖੇਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ